ਚੱਲ ਵੀ ਮਤਰਾ ਨੇ ਹੁੰਦੀ ਆ ਗੱਡੀ ਲੋੜ ਓ ਕਿੱਦਾਂ ਲਾਡੀ ਵਧੀਆ ਵੀਰ ਵਧੀਆ ਹੋ ਠੀਕ ਹੈ ਤਾਜਾ ਵਧੀਆ 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 ਆ ਜਾ ਇੱਧਰ ਤੇ ਭਰਾ ਦੀਆਂ ਬੋਰੀਆਂ ਹਾਂ ਹਾਂ ਵੀਰੇ ਥੋੜੀ ਰਹਿੰਦੀ ਆ ਬਸ ਉਹ ਕਰਾ ਦੇ ਬਈ ਯਾਰ ਲੇਟ ਕਰਾਈ ਜਾਂਦਾ ਯਾਰ 10 ਘੰਟੇ ਰਹਿ ਗਏ ਹੋਣ ਵਾਲੀ ਆ ਕੰਪਲੀਟ ਠੀਕ ਹੈ ਠੀਕ ਹੈ ਠੀਕ ਹੈ ਚਾਹ ਪਾਣੀ ਦੱਸ ਦੇ ਤਾਜਾ ਵਾਹ ਓਕੇ ਦੀ ਰਿਪੋਰਟ ਹੈ ਖੰਡ ਕੀ ਹਾਲ ਹੈ ਕੋਨੇ ਬਾਈ ਹਾਂ ਵਧੀਆ ਵਧੀਆ ਤੂੰ ਦੱਸ ਕੀ ਹਾਲ ਚਾਲ ਹੈ ਤੇਰਾ ਵਧੀਆ ਵਧੀਆ ਹੋਰ ਕੀ ਬਣਦਾ ਬਾ ਬਾਣਾ ਬਣਾਉਣਾ ਗਿਆ ਬਾਈ ਗੱਡੀ ਲੋਡ ਕਰਾਈ ਜਾਂਦੇ ਲੈ ਜਾਂਦੇ ਆ ਕਦੇ ਤਾਰੇ ਆਉਂਦੇ ਕਦੇ ਛੱਡੇ ਆਉਣਾ ਅਸੀਂ ਕੋਈ ਚੱਲੀ ਜਾਂਦਾ ਜ਼ਿੰਦਗੀ ਚ ਕਿੱਥੇ ਲੈ ਕੇ ਚੱਲੇ ਹੁਣ ਜਿਹੜਾ ਬਸ ਕੁਛ ਨਹੀਂ ਖੈਲਦਣਾ ਜੀ ਲਾਉਨੇ ਆ ਸਾਰਾ ਮਾਲ ਚੱਲ ਵਧੀਆ ਬੇਗੀ ਤੇਰੀ ਜੀਰੀ ਬੇਇੱਜ਼ਤੀ ਯਾਰ ਵਧੀਆ ਲੱਗ ਗਿਆ ਰੇਟ ਰੂਟ ਰੇਟ ਤਾਂ ਕਿਹੜੇ ਨੇ ਤੈਨੂੰ ਪਤਾ ਹੀ ਆ ਬਸ ਚਲੋ ਗੁਜ਼ਾਰਾ ਹੋਈ ਜਾਂਦਾ ਤੂੰ ਵੀ ਬੰਦਾ ਤੇਰਾ ਗੁਜ਼ਾਰਾ ਹੀ ਕਰਦਾ ਫਿਰਦਾ ਵਿਆਹ ਵੀ ਕਰਾ ਲੈ ਇਦੋਂ ਮਗਰੋਂ ਕਦੋਂ ਕਰਾਏਗਾ ਉਹ ਮੇਰਾ ਕਿਹੜਾ ਦਿਲ ਨਹੀਂ ਕਰਦਾ ਵਿਆਹ ਕਰਾਉਣ ਨੂੰ ਯਾਰ ਤੈਨੂੰ ਪਤਾ ਤਾਂ ਜ਼ਮੀਨ ਥੋੜੀ ਐ ਸਾਲਾ ਰਿਸ਼ਤਾ ਹੁੰਦਾ ਨਹੀਂ ਮੈਂ ਤਾਂ ਬਥੇਰੀਆਂ ਟੱਕਰਾਂ ਮਾਰ ਰਹੀ ਆ ਉਹ ਜ਼ਮੀਨ ਹੀ ਥੋੜੀ ਐ ਪੈਸੇ ਤਾਂ ਹੈਗੇ ਨੇ ਤੇਰੇ ਕੋਲ ਪੈਸੇ ਤਾਂ ਹੈਗੇ ਆ ਤੈਨੂੰ ਪਤਾ ਮੇਰਾ ਕਿਹੜਾ ਖਰਚਾ ਕੱਲਾ ਦਾ ਜਾਣਾ ਸਹੀ ਗੱਲ ਐ ਉਹ ਬਈ ਤੈਨੂੰ ਮੈਂ ਗੱਲ ਦੱਸਾਂ ਅੱਜ ਕੱਲ ਸਾਰਾ ਕੁਝ ਮਿਲ ਜਾਂਦਾ ਪੈਸਾ ਹੋਣਾ ਚਾਹੀਦਾ ਬੰਦੇ ਕੋਲ ਜੇ ਤੂੰ ਕਹੇ ਤੈਨੂੰ ਮੁੱਲ ਦੀ ਨਾ ਨਹੀਂ ਲਿਆ ਦਿੰਨੇ ਆ ਬਈ ਮੁੱਲ ਵੀ ਮਿਲ ਜਾਂਦੀ ਐ ਓਏ ਅੱਜ ਕੱਲ ਮਿਲਦਾ ਕੀ ਨਹੀਂ ਸਾਰਾ ਕੁਝ ਮਿਲ ਜਾਂਦਾ ਭਰਾਵਾ ਤੂੰ ਹੁਕਮ ਤਾਂ ਕਰ ਚੱਲ ਕਰਾ ਲੈ ਫਿਰ ਕਿਤੇ ਸੈਟਿੰਗ ਸਾਲਿਆ ਤੇਰੇ ਭਰਾ ਦੀ ਵੀ ਰੋਟੀ ਪੱਕਦੀ ਹੋ ਜੂ ਰੋਟੀ ਪੱਕਦੀ ਕਰ ਦਾਂਗੇ ਤੇਰੀ ਤੈਨੂੰ ਤਾਂ ਨੀਂਦ ਵੀ ਵਧੀਆ ਆਇਆ ਕਰੂਗੀ ਟੈਨਸ਼ਨ ਨਾ ਲੈ ਆਪਾਂ ਕਰਦੇ ਆਂ ਤੇਰੀ ਗੱਲ ਤੇ ਗੌਰ ਚੱਲ ਠੀਕ ਹੈ ਕਰੀ ਗੌਰ ਫਿਰ ਹਾਂ ਚੰਗਾ ਚੰਗਾ ਮੈਂ ਕਰਾ ਦਾਂ ਗੱਡੀ ਲੋਰ ਚੱਲ ਲਾਇਆ ਕਿਹੜਾ ਫਿਰ ਮਿਲਦੀ ਹਾਂ 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 ਮਿਲਦੇ ਆ ਹੁਣ ਤਾਂ ਬਣ ਜੂ ਗੱਲ ਉਹ ਕਿਵੇਂ ਆ ਛੜਿਆ ਅੱਜ ਕਿੱਧਰ ਚੱਕ ਲਿਆ ਕਣਕ ਤੂੰ ਉਹ ਕਰ ਲੈ ਟੀਚਰਾਂ ਜਿੰਨੀਆਂ ਕਰਨੀਆਂ ਤੇਰੀ ਹਿੱਕ ਤੇ ਦੀਵਾ ਤਾਂ ਮੈਂ ਬਾਲੂ ਹੁਣ ਉਹ ਮੇਰੀ ਹਿੱਕ ਤੇ ਦੀਵਾ ਲਾ ਤੂੰ ਤਾਂ ਤੇਰੇ ਤਿਲਾਂ 'ਚ ਤੇਲ ਹੀ ਨਹੀਂ ਹੈਗਾ ਉਹ ਤੇਲ ਤਾਂ ਬਥੇਰਾ ਹੈ ਚੱਲ ਪਕਾਈ ਨਾ ਮਾਰ ਆ ਚੱਲੀਏ ਹੁਣ ਚੱਲ ਚੱਲਦੇ ਆ ਉਹ ਸਾਰੇ ਕਿਉਂ ਮੇਰਾ ਫੁੱਦੂ ਖਿੱਚੀ ਜਾਂਦੇ ਹੋ ਸਾਥ ਤਾਂ ਕੀ ਦੇਣਾ ਸਾਲੇ ਥੱਲੋਂ ਲੱਤਾਂ ਖਿੱਚਣ ਨੂੰ ਰਹਿੰਦੇ ਆ ਓਏ ਅਸੀਂ ਛੜਿਆ ਤੇਰਾ ਪੈਰ ਕੀ ਖਿੱਚਣੇ ਆ ਜਨਾਨੀ ਤੈਨੂੰ ਕੋਈ ਜੁੜਦੀ ਨਹੀਂ ਪੰਜੀ ਤੇਰੇ ਕੋਲੇ ਨਹੀਂ ਕਮਾ ਕੇ ਦਿਖਾ ਲੋਕਾਂ ਨੂੰ ਫੇਰ ਹੀ ਤੇਰਾ ਵਿਆਹ ਹੋਣਾ ਉਹ ਸਭ ਕੁਝ ਹੈਗਾ ਕੀ ਹੋਇਆ ਜਨਾਨੀ ਨਹੀਂ ਮਿਲਦੀ ਉਹ ਵੀ ਕਰ ਦੂ ਕੋਈ ਮਸਲਾ ਹੱਲ ਜਨਾਨੀ ਲਿਆਣੀ ਤੇ ਬਸਾਉਣੀ ਬਹੁਤ ਔਖੀ ਗੱਲ ਹੈ ਇਹ ਤੁਹਾਡੇ ਵਰਗੇ ਛੜਿਆਂ ਦੀ ਅਕਲ ਜਾਣ ਵਾਲੀਆਂ ਚੀਜ਼ਾਂ ਨਹੀਂ ਉਹ ਸਭ ਕੁਝ ਪਤਾ ਹੈ ਮੈਨੂੰ ਚੱਲ ਠੀਕ ਹੈ ਨਾਲੇ ਮੈਨੂੰ ਕੋਈ ਬੰਦਾ ਮਿਲਣ ਵਾਲਾ ਤੂੰ ਜਾ ਯਾਰ ਚੱਲ ਠੀਕ ਹੈ ਫਿਰ ਮੇਰਾ ਸਾਲਾ ਟਰੱਕ ਜਾ ਜਦੋਂ ਆ ਕੇ ਬੱਜੂ ਪੁੱਠਾ ਹੀ ਬੱਜੂ ਸਾਲਾ ਜੀ ਤਾਂ ਕਰਦਾ ਸਾਲੇ 'ਚ ਟੱਕਰ ਮਾਰ ਕੇ ਨਾ ਮੈਂ ਢਿੱਡ ਜਾ ਖਲਾਰਦਾ ਜਿਹੜੀ ਅੱਗ ਲਾ ਕੇ ਗਿਆ ਨਾ ਹੁਣ ਚੁੱਪ ਰਹਿਣ ਦਾ ਟਾਈਮ ਨਹੀਂ ਮੈਂ ਕਰਦਾ ਗੱਲ ਜਾਈ ਕੋਨੇ ਨਾਲ ਹੁਣ ਨਹੀਂ ਰਿਹਾ ਜਾਂਦਾ ਸਾਲਿਆ ਤੂੰ ਇੱਥੇ ਬੈਠਾ ਮੇਰੇ ਤਾਂ ਸੀਨੇ 'ਚ ਅੱਗ ਲੱਗੀ ਪਈ ਹੈ ਕਰਦੇ ਕੋਈ ਹਿੱਲਾ ਆ ਲੋਕਾਂ ਨੇ ਮੇਣੇ ਮਾਰ ਮਾਰ ਤੰਗ ਕਰਿਆ ਪਿਆ ਉਹ ਬਈ ਜੇ ਐਡੀ ਅੱਗ ਲੱਗੀ ਹੋਈ ਨਾ ਪਹਿਲਾਂ ਤਾਂ ਸਕੂਟਰ ਚਲਾਇਆ ਜਾ ਕੇ ਬਾਕੀ ਦਾ ਭਾਣ ਖੜਾਵੇ ਦੁਨੀਆਦਾਰੀ ਉਹ ਸਕੂਟਰ ਸਕਾਟਰ ਹੁਣ ਨਹੀਂ ਚੱਲਦਾ ਹੁਣ ਤਾਂ ਗੱਡੀ ਉਹ ਚਲਾਉਣੀ ਹੈ ਚਾਹੇ ਮੇਰੇ ਸਾਲੇ ਦੀ ਸੈਕਿੰਡ ਹੈਂਡ ਹੀ ਲਿਆ ਦੇ ਉਹ ਸਾਲਿਆ ਸਬਰ ਵੀ ਕਰ ਲੈ ਮਾੜਾ ਮੋਟਾ ਨਾਲੇ ਸਬਰ ਦਾ ਫਲ ਮਿੱਠਾ ਹੁੰਦਾ ਐਵੇਂ ਤੱਤਾ ਹੋਇਆ ਫਰੀ ਜਾਂਦੇ ਛੜਕਣਾ ਮਿੱਠਾ ਹੁੰਦਾ ਮੈਂ ਸ਼ੂਗਰ ਨਹੀਂ ਕਰਾਉਣੀ ਜਿਵੇਂ ਦਾ ਮਿਲਦਾ ਮੈਨੂੰ ਤਾਂ ਲਿਆ ਦੇ ਉਹ ਲਿਆ ਦੂੰ ਪਤੰਦਰਾ ਟੈਨਸ਼ਨ ਨਾ ਲੈ ਤੂੰ ਚਾਹੇ ਤੂੰ ਅਮਰੀਕਾ ਵਾਲੀ ਮੰਗਾ ਲਈ ਹੁਣ ਤਾਂ ਅਮਰੀਕਾ ਵਾਲੀ ਵੀ ਲਿਆ ਦੂੰ ਤੇਰਾ ਕੰਡਾ ਕੱਢ ਹੀ ਦੇਣਾ ਅਮਰੀਕਾ ਅਮਰੀਕਾ ਵਾਲੇ ਛੱਡ ਤੂੰ ਯਾਰ ਜਿਹੜੀ ਵੀ ਮਿਲਦੀ ਲੈ ਆ ਮੈਨੂੰ ਤਾਂ ਚਾਹੇ ਇੰਡੀਅਨ ਹੀ ਲਿਆ ਦੇ ਓਏ ਕੋਨੇ ਦੀ ਜ਼ਬਾਨ ਕੋਈ ਐਸੀ ਵੈਸੀ ਨਹੀਂ ਜਿਹਨੂੰ ਕਰਤੀ ਨਾ ਤਾਂ ਕਰਤੀ ਟਰੱਕ 'ਚ ਲੱਦ ਲਊਗਾ ਨਾਲੇ ਤੂੰ ਤਾਂ ਮੇਰਾ ਪੱਕਾ ਜੌਂਡੀ ਦਾ ਯਾਰ ਹੈ ਟੈਨਸ਼ਨ ਕਿਉਂ ਲੈਂਦਾ ਤੂੰ ਉਹ ਟੈਨਸ਼ਨ ਤੇਰੇ ਹੁੰਦਿਆਂ ਕਾਹਦੀ ਹੈ ਆਹ ਸਾਲੇ ਲੋਕ ਹੀ ਨਹੀਂ ਟਿਕਣ ਦਿੰਦੇ ਮੈਨੂੰ ਜਦੋਂ ਛੜਾ ਛੜਾ ਕਹਿੰਦੇ ਆ ਨਾ ਸਾਲੀ ਕਾਲਜ 'ਚ ਅੱਗ ਲੱਗਦੀ ਹੈ ਅੰਨੀ ਤੈਨੂੰ ਐਵੇਂ ਦੀ ਲਿਆ ਕੇ ਦਊਗਾ ਬੇੜੇ 'ਚ ਕਰਦੀ ਫਿਰੂਗੀ ਛਣ 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 ਤੈਨੂੰ ਤਾਂ ਸਪੀਕਰ ਲਾਉਣ ਦੀ ਲੋੜ ਨਹੀਂ ਹੈਗੀ ਐਵੇਂ ਰੌਣਕ ਲੱਗੀ ਰਿਹਾ ਕਰੂਗੀ ਚੱਲ ਠੀਕ ਹੈ ਫਿਰ ਕਰ ਤਿਆਰੀ ਫਿਰ ਪਰ ਤੂੰ ਲਾ ਤੇਲ ਪੱਟਾਂ ਨੂੰ ਤਾਂ ਮੈਂ ਕਰਦਾ ਤੇਰੇ ਵਾਸਤੇ ਜਨਾਨੀ ਦੀ ਤਿਆਰੀ ਚੱਲ ਠੀਕ ਹੈ ਫਿਰ ਇੱਧਰ ਵੀ ਤਿਆਰੀ ਬੈਠਾ ਮੈਂ ਚੱਲ ਚੱਲ ਜਲਦੀ ਆ ਗਈ ਫਿਰ ਬਹੁਤ ਬਹੁਤ ਧੰਨਵਾਦ ਤੇਰਾ ਯਾਰ ਉਹ ਧੰਨਵਾਦ ਵਾਲੀ ਕਿਹੜੀ ਗੱਲ ਲੱਗ ਰਿਹਾ ਯਾਰ ਤੂੰ ਸਾਡਾ ਇੰਨਾ ਤਾਂ ਕਰ ਹੀ ਸਕਦਾ ਤੇਰੇ ਵਾਸਤੇ ਮੈਂ ਤੈਨੂੰ ਵਧੀਆ ਕਰਿਆ ਯਾਰ ਤੂੰ ਮੇਰੇ ਵੀ ਘਰ ਰੰਗ ਭਾਗੇ ਲੱਗੇ ਰੰਗ ਭਾਗਦਾ ਪਰਮਾਤਮਾ ਲਾਉਂਦਾ ਇਸ ਤਾਂ ਬਸ ਇੱਕ ਜ਼ਰੀਆ ਬਣ ਗਏ ਠੀਕ ਹੈ ਰਾਣੋ ਖਿਆਲ ਰੱਖੀਏ ਮੁੰਡੇ ਦਾ ਬਹੁਤ ਸਾਊ ਹੈ ਇਹ ਇਹਦੇ ਲੱਭਣ ਨਾ ਦਵਾ ਦੀ ਕੋਈ ਨਹੀਂ ਨਹੀਂ ਜੀ ਚਲੋ ਬੈਠੋ ਫਿਰ ਗੱਡੀ ਘਰੇ ਚੱਲਦੇ ਹਾਂ ਚਲੋ ਜੀ ਸਭ ਸਾਥ ਨੂੰ ਠੀਕ ਹੈ ਆਹ ਘਰ ਹੈ ਆਪਣਾ ਪਹਿਲਾਂ ਮੈਂ ਇੱਥੇ ਇਕੱਲਾ ਰਹਿੰਦਾ ਸੀ ਹੁਣ ਆਪਾਂ ਦੋ ਹੋ ਗਏ ਉਹ ਇਹ ਗੱਲਾਂ ਤਾਂ ਤੂੰ ਬਾਅਦ 'ਚ ਕਰਦਾ ਰਹੀ
मैं जाना गड्डी करवानी है लोड हूँ भरावा तेरी जिम्मेवारी है ठीक है रहनो ख्याल रखी मुंडा बहुत साऊ है ठीक है लांबा ना आ जाए कि मैनू कह दे भी तू मेरे न चेपी लवाती ठीक है चंगा बई चल ठीक है चल तेन की कहते ने हो एस्ट बेस्ट लक पता नहीं की बधाई बधाई तेन चल ठीक है रहनो चंगा मेरी गल सुन आंडी गुआंडी बहुत माड़े ने किसी नु मुंह ना लाई ओ ता गल ठीक है पर मेरा जी के में लगूगा कल्ली ता फिर मैं बोर हो जा करूंगी ओ किते नहीं तेनु बोर होण दंदा मैं हुण तक चमकीला ही सुनदा रहया तेरा पूरा जी लगा के रखूंगा तुसी ना बड़ा मजाक ही है जे सुभा दे हो वो ता फिर हैगा ही है मैं ओ आज छड़े नु ही मिल चलिए ओ छड़े ओ बारी खड़ जा आ गया मैं ऐ कर रहा नु तू अंदर चल जा जे मैं कहूंगा फिर ही बाहर आई ठीक है मैं देख यार साला ये किधर आ गया लड्डू बंडे गए मैं लड्डू खादा मैनू अंदर लै के चल मैं भाभी देख के जाऊ अज ओ चल इत्थों ओ बई मैं नहीं जांदा बिना देखे मैं देख के जाऊ मैनू लैके चल अंदर हुई दिखा आराम तू बैठ इत बुला भाभी रानो आई बार ओ छेती आ जा भाभी बाला ना बोल नाले मेरी गल सुन मेनू प्यास लगी है भाभी दे उत्थो पानी पिला दे पानी ना किते होर तेनू समुंदर च गोते ना लवा दा मेरे सड़े दा 30 साल हो गए मेनू पानी मैं नहीं पी के देखिया तेनू आउंदा प्यास ओ कुछ नहीं हुंदा तेरा बड़ा भाई आ मगा दे चुप करके देखनी है देख जिहड़ा तित्तर हो जा ओ चल तू बुला ता लै तेरी रानो नू ओ आ जांदी है खबर गल तैयार हो आहा पानी पिला दे किते नहीं पानी पूनी पिउणा हुण वेख ली ना तित्तर हो जा असीं वी बाजार जाणा वेले नहीं हैगे तेरे वास्ते ओ मर्जी है तेरी भरावा चल निकल आउणा चंगा भाभी सत श्री अकाल ओ चल मेरी गल सुन रानू ये बड़ा ठरकी है इन्हें ज़्यादा मूँह ना लाई ठीक है चल हुण तू तैयार हो जा आप बाजार चल दे तेनू कपड़े दवा लेवा ठीक है मेरा सड़ा पानी कितों आ गया सवेरे सवेरे राणू मैं ना थोड़ा बाजार चलिया घर का समान लिया वा तो ध्यान रखी अपना ठीक है पर जल्दी आ जाओ कोई नहीं आ जाऊंगा जल्दी मेरा जी नहीं लगना है वो कोई ना फिर की हो गया नहीं वो पता कि कोई है नहीं ना ता करके कल्ली जी नु डर लगता ता कहंदी सी मैं हैगा ता तेरे नाल मैं आया बस जल्दी ठीक है हाँ ठीक है संभरी जाती है लगता छड़ा तो अज है नहीं अज भोर दे ठरक आए हाए भाभी इधर फड़ा झाड़ू तू तेरे हाथ च झाड़ू नहीं चंगा लगता तू है सरदार नहीं मेरी गल सुन
ਛੜਾ ਕਿੱਥੇ ਆ ਜਾ ਉਹ ਤਾਂ ਜੀ ਬਾਜ਼ਾਰ ਗਏ ਹੋਏ ਨੇ ਸਮਾਨ ਲੈ ਕੇ ਆਉਣ ਲਈ ਸਮਾਨ ਤਾਂ ਘਰਾਂ ਛੱਡ ਗਿਆ ਐਡਾ ਬਿਜੂ ਬੰਦਾ ਯਾਰ ਕੀ ਕਹਿ ਰਹੇ ਹੋ ਮੈਨੂੰ ਸਮਝ ਨਹੀਂ ਲੱਗੀ ਹਾਏ ਰੱਬਾ ਤੂੰ ਤਾਂ ਪਰੀਆਂ ਵਰਗੀ ਨਾਰ ਕਿੱਥੇ ਉਹ ਬੁੱਝੜ ਜੱਟ ਤੁਹਾਡਾ ਤਾਂ ਕੋਈ ਮੇਲ ਹੀ ਨਹੀਂ ਮੇਰੇ ਨਾਲ ਚੱਲ ਪੰਜ ਕਿੱਲੇ ਜ਼ਮੀਨ ਦੇ ਹੈ ਜੇ ਇਹਨੇ ਤੈਨੂੰ ਲੱਖ ਰੁਪਇਆ ਦਿੱਤਾ ਨਾ ਪੂਰਾ 5 ਲੱਖ ਦੇਊਂ ਤੇਰੇ ਘਰਦਿਆਂ ਨੂੰ ਚੱਲ ਮੇਰੇ ਨਾਲ ਚੱਕ ਪੈਗਾ 5 ਲੱਖ ਰੁਪਇਆ ਹਾਂ ਬਾਲਾ ਨਾ ਸੋਚ ਰਾਣੋ ਇਹ ਆਫਰਾਂ ਬਾਰ ਬਾਰ ਨਹੀਂ ਮਿਲਦੀਆਂ ਨਾਲੇ 5 ਕਿੱਲੇ ਵਾਲਾ ਜੱਟ ਧਰਿਆ ਨਹੀਂ ਪਿਆ ਫਟਾਫਟ ਬੈਗ ਪਾ ਅਤੇ ਚੱਲੀਏ ਕੀ ਪਤਾ ਉਹ ਬੁੱਝੜ ਦਾ ਕਦੋਂ ਆ ਜੇ ਤੁਸੀਂ 2 ਮਿੰਟ ਖੜੋ ਮੈਂ ਹੁਣੇ ਆਈ ਬੈਗ ਚੱਕ ਕੇ ਛੇਤੀ ਜਾ ਮੇਰਾ ਸਾਲਾ ਬੁੱਝੜ ਆਉਂਦਾ ਹੀ ਹੋਣਾ ਕਿਤੋਂ ਹਾਏ ਹਾਏ ਉਹ ਰੱਬਾ ਜੱਟ ਦੇ ਤਾਂ ਅੱਜ ਭਾਗ ਹੀ ਖੁੱਲ੍ਹ ਗਏ ਗੱਡ ਵਰਗੀ ਰੰਨ ਮਿਲ ਗਈ ਰਾਣੋ ਤੂੰ ਸਹੀ ਨਹੀਂ ਕਰ ਰਹੀ ਪੈਸੇ ਪਿੱਛੇ ਤੂੰ ਉਸ ਦੇਵਤੇ ਬੱਤੇ ਨੂੰ ਛੱਡ ਕੇ ਜਾਏਂਗੀ ਨਹੀਂ ਰਾਣੋ ਸਹੀ ਨਹੀਂ ਹੈਗਾ ਇਹ ਨਾ ਕਰ ਤੂੰ ਇਹ ਉਹ ਕੀ ਹੋਇਆ ਰਾਣੋ ਬੈਗ ਤਾਂ ਚੱਕ ਲਿਆਂਦੀ ਤੁਹਾਨੂੰ ਕੀ ਲੱਗਦਾ ਮੈਂ ਤੁਹਾਡੇ ਨਾਲ ਜਾਊਂਗੀ ਹੋਰ ਕਿਹਦੇ ਨਾਲ ਜਾਏਂਗੀ ਤੂੰ ਤੁਸੀਂ ਸੋਚ ਵੀ ਕਿਵੇਂ ਲਿਆ ਵੈਸੇ ਤੁਸੀਂ ਉਹਦੇ ਲੱਗਦੇ ਕੀ ਹੋ ਸੋਚਣ ਨੂੰ ਕੀ ਹੈ ਮੇਰੀ ਮਾਸੀ ਦਾ ਮੁੰਡਾ ਹੈ ਮੇਰੇ ਤੋਂ ਵੱਡਾ ਹੈ 5 ਸਾਲ ਜੇ ਤੁਸੀਂ ਆਪਣੇ ਮਾਸੀ ਦੇ ਮੁੰਡੇ ਦੇ ਨਹੀਂ ਹੋਏ ਤਾਂ ਮੇਰੇ ਕਿੱਥੋਂ ਹੋ ਜਾਓਗੇ ਭੁੱਲ ਜਾਓ ਕਿ ਮੈਂ ਤੁਹਾਡੇ ਨਾਲ ਜਾਊਂਗੀ ਉਹ ਮੇਰੀ ਗੱਲ ਸੁਣ ਤੈਨੂੰ 5 ਦਾ ਵੀ 10 ਲੱਖ ਦੇ ਦਾਂਗੇ ਤੇਰੇ ਘਰਦਿਆਂ ਨੂੰ ਚੱਲ ਮੇਰੇ ਨਾਲ ਤੁਸੀਂ ਜਾਣਦੇ ਹੋ ਇੱਥੋਂ ਕਿ ਮੈਂ ਧੱਕੇ ਮਾਰ ਕੇ ਭਜਾਵਾਂ ਰਾਣੋ ਚੱਲ ਮੇਰੇ ਨਾਲ ਚੱਲ ਤੂੰ ਉਹ ਚੱਲ ਜਾਣਦੇ ਹੋ ਜਾਂ ਧੱਕੇ ਮਾਰ ਕੇ ਭਜਾਵਾਂ ਉਹ ਗੁੱਸਾ ਨਾ ਕਰ ਭਰਜਾਈ ਮੈਂ ਤਾਂ ਮਖੌਲ ਕਰਦਾ ਸੀ ਚੰਗਾ ਮੈਂ ਚੱਲਦਾ ਬੁੱਝੜ ਜੀ ਨੂੰ ਨਾ ਕਹਿ ਦੀ ਮਖੌਲ ਕਾਹਨੂੰ ਸੀ ਸਮਝਦੀ ਤਾਂ ਮੈਂ ਸਭ ਕੁਛ ਹੀ ਹਾਂ ਰਾਣੋ ਬੈਗ ਕਾਹਦੇ ਲਈ ਚੱਕਿਆ ਕਿੱਧਰ ਜਾ ਰਹੀ ਹੈ ਮੈਂ ਨਾ ਹੁਣ ਤੁਹਾਨੂੰ ਛੱਡ ਕੇ ਚੱਲੀ ਹਾਂ ਕਿਉਂ ਕੀ ਗੱਲ ਹੋ ਗਈ ਮੈਂ ਨਾ ਜਿੰਨੀ ਚੰਗੀ ਦੇਖਦੀ ਹਾਂ ਉਨੀ ਹੈ ਨਹੀਂ ਜੇ ਤੂੰ ਧੋਖਾ ਦੇਣ ਵਾਲੀ ਹੁੰਦੀ ਨਾ ਤਾਂ ਮੇਰੇ ਪਿੱਛੋਂ ਹੀ ਚਲੀ ਜਾਂਦੀ ਮੈਨੂੰ ਦੱਸ ਕੇ ਨਾ ਜਾਂਦੀ ਨਾਲੇ ਜਿਹੜੇ ਆਪਣੇ ਮੂੰਹੋਂ ਬੋਲਦੇ ਨਾ ਉਹ ਮਾੜੇ ਨਹੀਂ ਹੁੰਦੇ ਪਰ ਮੈਂ ਤਾਂ ਆਪਣੇ ਆਪ ਨੂੰ ਮਾੜੇ ਹੀ ਸਮਝਦੀ ਹਾਂ ਮੈਂ ਚੰਗੀ ਕਿਵੇਂ ਹੋ ਸਕਦੀ ਹਾਂ ਮੈਨੂੰ ਪਤਾ ਸਭ ਤੇਰੇ ਦਿਲ 'ਚ ਨਾ ਕੋਈ ਚੀਜ਼ ਹੈ ਜਿਹੜੀ ਤੈਨੂੰ ਉੱਥੇ ਜਾਣ ਤੋਂ ਰੋਕ ਰਹੀ ਹੈ ਕੀ ਗੱਲਾਂ ਕਰੀ ਜਾਂਦੇ ਹੋ ਕਿਹੜੀ ਚੀਜ਼ ਉਹ ਪਿਆਰ ਹੈ ਤੂੰ ਵੀ ਮੈਨੂੰ ਪਿਆਰ ਕਰਦੀ ਹੈ ਤਾਂ ਮੈਂ ਵੀ ਤੈਨੂੰ ਪਿਆਰ ਕਰਦਾ ਪਿਆਰ ਹਾਂ ਅੱਛਾ ਤਾਂ ਹੀ ਮੈਂ ਸੋਚਿਆ ਮੈਂ ਤੁਹਾਡੇ ਬਾਰੇ ਇੰਨਾ ਕਿਉਂ ਸੋਚ ਰਹੀ ਹਾਂ ਨਹੀਂ ਤਾਂ ਮੈਂ ਅੱਜ ਤੱਕ ਕਿਸੇ ਬਾਰੇ ਇੰਨਾ ਸੋਚਿਆ ਨਹੀਂ ਹੈਗਾ ਤੂੰ ਇਹ ਗੱਲ ਨਾ ਸੋਚੀ ਕਿ ਮੈਂ ਤੈਨੂੰ ਖਰੀਦ ਕੇ ਲਿਆਇਆ ਅਤੇ ਤੇਰੇ 'ਤੇ ਅੱਤਿਆਚਾਰ ਕਰੂੰਗਾ ਇਹ ਤਾਂ ਉਹਨਾਂ ਨੂੰ ਪੁੱਛ ਇਹਨਾਂ ਦਾ ਵਿਆਹ ਨਹੀਂ ਹੁੰਦੇ ਔਰਤ ਦੀ ਕਦਰ ਤਾਂ ਉਹਨਾਂ ਨੂੰ ਪਤਾ ਹੁੰਦੀ ਹੈ ਮੈਂ ਵੀ ਸੱਚੀ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਨਾ ਇੱਥੇ ਆ ਕੇ ਪਤਾ ਲੱਗਿਆ ਕਿ ਅਸਲੀ ਘਰ ਵਾਲੇ ਦੀ ਅਹਿਮੀਅਤ ਕੀ ਹੁੰਦੀ ਹੈ ਚੱਲ ਹੁਣ ਬਾਲੀਆਂ ਗੱਲਾਂ ਨਾ ਮਾਰ ਆਪਾਂ ਫਿਊਚਰ ਬਾਰੇ ਸੋਚਦੇ ਹਾਂ ਨਾਲੇ ਆ ਫੜ ਸਬਜ਼ੀ ਤੇ ਬੈਗ ਮੈਨੂੰ ਫੜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਸਾਡੀ ਫਿਲਮ ਦੇਖੀ ਅਗਰ ਤੁਹਾਨੂੰ ਸਾਰਿਆਂ ਨੂੰ ਸਾਡੀਆਂ ਫਿਲਮਾਂ ਵਧੀਆ ਲੱਗਦੀਆਂ ਨੇ ਤਾਂ ਜ਼ਰੂਰ ਸ਼ੇਅਰ ਕਰ ਦਿਆ ਕਰੋ ਅਤੇ ਲਾਈਕ ਵੀ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿੱਦਾਂ ਦੀ ਲੱਗੀ ਅਤੇ ਅਕਸਰ ਹੀ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਵੀ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਕੀਮਤੀ ਹੁੰਦੇ ਨੇ ਰਿਸ਼ਤੇ ਅਗਰ ਅਸੀਂ ਰਿਸ਼ਤਿਆਂ ਦੀ ਕਦਰ ਕਰਦੇ ਹਾਂ ਤਾਂ ਤੁਹਾਡੀ ਜ਼ਿੰਦਗੀ ਬਹੁਤ ਸੋਹਣੀ ਹੋ ਜੂਗੀ ਕਿਉਂਕਿ ਨਾ ਅਸੀਂ ਪੈਸਿਆਂ ਪਿੱਛੇ ਚੀਜ਼ਾਂ ਪਿੱਛੇ ਆਪਣੀਆਂ ਘਰਦਿਆਂ ਨੂੰ ਜਾਂ ਕੁਛ ਚੀਜ਼ਾਂ ਨੂੰ ਹੈ ਮਤਲਬ ਉਹ ਕਰਦੇ ਹਾਂ ਇਗਨੋਰ ਕਰਦੇ ਹਾਂ ਹੈ ਨਾ ਉਹ ਉਹਨਾਂ ਨੂੰ ਛੱਡ ਦਿਓ ਵੀਰੇ ਪੈਸਾ ਆਪਾਂ ਕਮਾ ਸਕਦੇ ਹਾਂ ਪਰ ਰਿਸ਼ਤੇ ਕਮਾਉਣੇ ਬੜੇ ਔਖੇ ਨੇ ਕਈ ਵਾਰ ਐਵੇਂ ਦੀਆਂ ਮਜਬੂਰ ਘਰ ਦੀਆਂ ਕੁੜੀਆਂ ਹੁੰਦੀਆਂ ਨੇ ਹੈ ਨਾ ਜਿਨ੍ਹਾਂ ਦੇ ਪੇਰੈਂਟਸ ਗਰੀਬੀ ਦੇ ਚੱਕਰ 'ਚ ਹੈ ਨਾ ਕਿਸੇ ਨੂੰ ਵੇਚ ਦਿੰਦੇ ਹੈ ਨਾ ਜਿਹੜੇ ਲੋਕ ਖਰੀਦਦੇ ਵੀ ਹੈ ਨਾ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹੈ ਨਾ ਉਹਨਾਂ ਨੂੰ ਖਰੀਦੀ ਹੋਈ ਚੀਜ਼ ਸਮਝ ਕੇ ਘਰ ਨਾਲ ਲੈ ਕੇ ਆਉਣ ਆਪਣੇ ਪਰਿਵਾਰ ਦਾ ਮੈਂਬਰ ਲੈ ਕੇ ਸਮਝਣ ਬਾਕੀ ਤੁਸੀਂ ਬਈ ਆਪ ਸਿਆਣੇ ਹੋ
ਤੁਹਾਨੂੰ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਹਾਂ ਮੈਂ ਤਾਂ ਭੁੱਲ ਹੀ ਗਿਆ ਸੀ ਹੈਨਾ ਤੇ ਇਹ ਮੈਡਮ ਦਾ ਨਾਮ ਹੈ ਜੀ ਸਿਮਰਨ ਕੌਰ ਤੁਸੀਂ ਇਹਨਾਂ ਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ ਤੇ ਮੈਂ ਜੀ ਪ੍ਰਗਟ ਰਿਹਾ ਤੁਸੀਂ ਮੈਨੂੰ ਵੀ ਕਰ ਸਕਦੇ ਹੋ ਤੇ ਬਾਈ ਮਨੀ ਰਾਏ ਤੁਸੀਂ ਇਹਨਾਂ ਨੂੰ ਵੀ ਫੋਲੋ ਕਰ ਸਕਦੇ ਹੋ ਬਾਕੀ ਤੁਸੀਂ ਆਪੋ ਆਪਣੇ ਕਮੈਂਟਸ ਸਾਨੂੰ ਥੱਲੇ ਮੈਸੇਜ ਕਰ ਦਿਓ ਅਸੀਂ ਸਾਰੇ ਦੇ ਨਾਮ ਬੋਲਾਂਗੇ ਅਗਲੀ ਫਿਲਮ 'ਚ ਥੈਂਕ ਯੂ